ਹੜ੍ਹਾਂ ਦੀ ਮਾਰਜਨ ਕਿਸਾਨਾਂ 'ਤੇ ਪਈ, ਉਹਨਾਂ ਨੂੰ ਜੋ ਕੀ ਹੈ ਸਰਕਾਰ ਵੱਲੋਂ ਹੁਣ ਮੁਆਵਜ਼ਾ ਜੋ ਕੀ ਹੈ ਉਹ ਅੱਜ ਜਾਰੀ ਕਰ ਦਿੱਤਾ ਗਿਆ, ਕਿੰਨਾ ਮੁਆਵਜ਼ਾ, ਕਿਸ ਤਰੀਕੇ ਨਾਲ ਉਹਨਾਂ ਨੂੰ ਕਿਸ ਬੇਸਿਸ 'ਤੇ ਵੰਡਿਆ ਜਾਊਗਾ, ਤਮਾਮ ਚੀਜ਼ਾਂ 'ਤੇ ਗੱਲਬਾਤ ਕਰਨ ਲਈ ਸਾਡੇ ਨਾਲ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਜੀ ਮੌਜੂਦ ਨੇ। ਜਿੰਪਾ ਸਾਹਿਬ, ਅੱਜ ਜੋ ਸਭ ਤੋਂ ਪਹਿਲਾਂ ਇੱਕ ਫੰਡ ਰਿਲੀਜ਼ ਕੀਤਾ ਗਿਆ, ਉਸ ਦੇ ਮਤਲਬ ਕਿਸ ਕਿਸ ਤਰੀਕੇ ਨਾਲ ਉਹ ਅਲਾਟ ਕੀਤਾ ਜਾਊਗਾ, ਕਿਸ ਤਰੀਕੇ ਨਾਲ ਉਹ ਡਿਸਟ੍ਰੀਬਿਊਟ ਕੀਤਾ ਜਾਊਗਾ? ਦੇਖੋ, 186 ਕਰੋੜ ਰੁਪਏ ਦਾ ਫੰਡ ਜਿਹੜਾ ਹੈ ਮਾਨਯੋਗ ਮੁੱਖ ਮੰਤਰੀ ਜੀ ਦੇ ਆਦੇਸ਼ 'ਤੇ ਜਾਰੀ ਕੀਤਾ ਗਿਆ ਔਰ ਜ਼ਿਲ੍ਹਾ 16 ਜ਼ਿਲ੍ਹਿਆਂ ਲਈ ਭੇਜਿਆ ਗਿਆ ਹੈ ਜਿਹੜੇ ਜ਼ਿਆਦਾ ਅਫੈਕਟਡ ਹੈ, ਔਰ ਉੱਥੇ ਦੇ ਡਿਪਟੀ ਕਮਿਸ਼ਨਰ ਕੋਲ ਅਥਾਰਟੀ ਹੈ ਪੂਰੀ ਵੀ ਉਹ ਆਪਣੇ ਮੁਤਾਬਿਕ ਫਾਰਮਰਸ ਦੇ ਲਈ ਖਾਸ ਤੌਰ ਦੇ ਉੱਤੇ ਉਹਨੂੰ ਜਿੱਦਾਂ ਗੋਦਾਵਰੀ ਦੀ ਕੋਈ ਰਿਪੋਰਟ ਆਉਂਦੀ ਹੈ ਜਾਂ ਸਪੈਸ਼ਲ ਗੋਦਾਵਰੀ ਦੀ ਉਹਨੂੰ ਉਹਨਾਂ ਦੇ ਖਾਤੇ 'ਚੋਂ ਪਾ ਸਕਦੇ। ਜੇਕਰ ਗੱਲ ਕਰੀਏ ਤਾਂ ਕਿਉਂਕਿ ਕਿਸਾਨਾਂ ਦੀ ਲਗਾਤਾਰ ਮੰਗ ਸੀਗੀ ਕਿ ਜਲਦ ਤੋਂ ਜਲਦ ਗਿਰਦਾਵਰੀ ਕਰਾ ਕੇ ਇਹ ਜੋ ਕੀ ਹੈ ਮਦਦ ਉਹਨਾਂ ਤੱਕ ਪਹੁੰਚਾਈ ਜਾਵੇ, ਹੁਣ ਜਿਸ ਤਰੀਕੇ ਨਾਲ ਮਦਦ ਪਹੁੰਚਾਈ ਜਾ ਚੁੱਕੀ ਹੈ, ਇਸ ਤੋਂ ਬਾਅਦ ਕੀ ਲੱਗਦਾ ਕਿ ਕਿਸਾਨਾਂ ਦਾ ਰੁਖ ਕੀ ਹੋਏਗਾ, ਕਿਉਂਕਿ ਕਿਸਾਨ ਜੋ ਕੀ ਹੈ ਉਹ ਇਸ ਵਕਤ ਐਜੀਟੇਸ਼ਨ ਮੂਡ 'ਤੇ ਹੈ? ਦੇਖੋ, ਪਹਿਲਾਂ ਹੀ 103 ਕਰੋੜ ਰੁਪਈਆ, ਜੇ ਮੈਂ ਕਹਿ ਸਕਦਾ 300 ਕਰੋੜ ਰੁਪਏ ਤੱਕ ਦੀ ਰਾਸ਼ੀ ਜਾਰੀ ਕੀਤੀ ਹੈ ਹੁਣ ਤੱਕ ਪੰਜਾਬ ਗੌਰਮੈਂਟ ਨੇ, ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ, ਉਹ ਇਸੇ ਕਰਕੇ ਜਾਰੀ ਕੀਤੀ ਕਿ ਐਮਰਜੈਂਸੀ ਕਿਤੇ ਖਰਚਾ ਸੀਗਾ, ਡਿਪਟੀ ਕਮਿਸ਼ਨਰ ਆਪਣੀ ਸਮਝ ਨਾਲ ਉਹਨੂੰ ਖਰਚ ਸਕਦੇ ਸੀ, ਕਿਸੇ ਨੂੰ ਰਾਸ਼ੀ ਦੇ ਸਕਦੇ ਸੀ। ਸੋ ਇਹ 186 ਕਰੋੜ ਰੁਪਈਆ ਫਾਰਮਰਸ ਲਈ ਹੈ ਔਰ ਗੋਦਾਵਰੀ ਲਈ, ਕਿਉਂਕਿ ਟਾਈਮ ਲੱਗਦਾ ਪਾਣੀ, ਤੁਸੀਂ ਦੇਖੋ ਵੀ ਦੁਆਰਾ ਪੰਜਾਂ ਜ਼ਿਲ੍ਹਿਆਂ 'ਚ ਫਲੱਡ ਆ ਗਿਆ। ਕਿਉਂ ਆਇਆ ਫਲੱਡ? ਕਿਉਂ? ਡੈਮ ਭਰ ਗਏ ਸੀ ਹਿਮਾਚਲ ਤੋਂ, ਤਾਂ ਉਹ ਡੈਫੀਨੇਟਲੀ ਉਹ ਟਾਈਮ ਲੱਗਦਾ। ਲੇਕਿਨ ਹਰੇਕ ਨੂੰ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਕਿਹਾ ਵੀ ਹਰੇਕ ਫਾਰਮਰ ਨੂੰ ਜਿਹੜਾ ਨੁਕਸਾਨ ਹੋਇਆ ਅਸੀਂ ਉਹਦੀ ਪੇਮੈਂਟ ਪੰਜਾਬ ਗੌਰਮੈਂਟ ਕਰੇਗੀ, ਉਹਦੇ ਲਈ ਫੰਡਸ ਜਾਰੀ ਕੀਤੇ ਗਏ 186 ਕਰੋੜ ਰੁਪਈਆ। ਨਹੀਂ, ਕਿਸਾਨਾਂ ਨੂੰ ਹੁਣ ਕੀ ਤੁਸੀਂ ਜੋ ਕਿ ਇੱਕ ਮੈਸੇਜ ਦੇਣਾ ਚਾਹੋਗੇ, ਕਿਉਂਕਿ ਲਗਾਤਾਰ ਜੋ ਕੀ ਹੈ ਹਜੇ ਵੀ ਧਰਨੇ ਜਾ ਰਹੀ ਹੈ ਪੰਜਾਬ ਦੇ ਵਿੱਚ, ਹਾਲਾਂਕਿ ਬੇਸ਼ੱਕ ਆਪਣੇ ਵੱਲੋਂ ਮਦਦ ਭੇਜੀ ਗਈ, ਲੇਕਿਨ ਹਜੇ ਵੀ ਕਿਸਾਨਾਂ ਵੱਲੋਂ ਧਰਨੇ ਦਿੱਤੇ ਜਾ ਰਹੇ ਹੈ, ਇਹੋ ਜਿਹੀ ਕਿਹੜੀ ਮੰਗ ਹੈ ਜੋ ਕਿ ਉਹ ਪੂਰੀ ਨਹੀਂ ਹੋਈ ਜਿਸਦੇ ਕਰਕੇ ਧਰਨਾ ਦੇਣਾ ਪੈ ਰਿਹਾ? ਦੇਖੋ, ਅਗਰ ਕਿਸਾਨਾਂ ਦੀ ਕੋਈ ਡਿਮਾਂਡ ਹੈ ਵੀ ਸਾਡਾ ਪਰ ਏਕੜ ਜਿਹੜਾ ਹੈਗਾ ਜਿਹੜਾ ਮੁਆਵਜ਼ਾ ਵਧਾਇਆ ਜਾਵੇ, ਤਾਂ ਉਹ ਜਿਹੜਾ ਨੋਮ ਦਾ ਡਿਜ਼ਾਸਟਰ ਮੈਨੇਜਮੈਂਟ ਦੇ ਅਧੀਨ ਜਿਹੜਾ ਹੈ ਸੈਂਟਰ ਗੌਰਮੈਂਟ ਦੇ ਰੂਲ ਹੈ, ਅਤੇ ਆਲਰੇਡੀ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਅਤੇ ਆਲਰੇਡੀ ਹੀ ਸੈਂਟਰ ਗੌਰਮੈਂਟ ਨਾਲ ਗੱਲ ਕਰਦੇ ਆ ਰਹੇ ਸੀ। ਉਹ ਕਹਿੰਦੇ ਅਸੀਂ ਕਿਸਾਨ ਵੀਰਾਂ ਨੂੰ ਮੁਆਵਜ਼ਾ ਵਧਾਉਣ ਨੂੰ ਤਿਆਰ ਹੈ, ਇੱਕ ਜਿਹੜਾ ਪ੍ਰੋਪਰ ਮੁਆਵਜ਼ਾ ਜਿਹਨੂੰ ਆਪਾਂ ਕਹਿ ਸਕਦੇ ਹਾਂ, ਲੇਕਿਨ ਸੈਂਟਰ ਗੌਰਮੈਂਟ ਉਹਨੂੰ ਅਲਾਓ ਕਰੇ ਸਨ। ਉਹਨਾਂ ਕਿਹਾ ਅਸੀਂ ਫੰਡਸ ਦੇਣ ਨੂੰ ਤਿਆਰ ਹੈ, ਅਸੀਂ ਪੈਸਾ ਦੇਣ ਨੂੰ ਤਿਆਰ ਹਾਂ, ਲੇਕਿਨ ਰੂਲਸ ਨੂੰ ਕੌਣ ਚੇਂਜ ਕਰੇਗਾ? ਸੈਂਟਰ ਗੌਰਮੈਂਟ। ਅਤੇ ਗੱਲਬਾਤ ਹੋ ਰਹੀ ਹੈ, ਗੱਲਬਾਤ ਦਾ ਸਿਲਸਿਲਾ ਜਾਰੀ ਹੈ, ਕੁਝ ਚੇਂਜਸ ਹੋਣ ਦੀ ਉਮੀਦ ਹੈ? ਦੇਖੋ, ਅਸੀਂ ਤਾਂ ਆਲਰੇਡੀ ਇਹੀ ਗੱਲ ਕੀਤੀ ਸੀ, ਜਿਹੜਾ ਅਨਫੋਰਚੁਨੇਟਲੀ ਵਾਕਿਆ ਹੋਇਆ ਉਹਦਾ ਕਾਰਨ ਇਹ ਆ। ਅਸੀਂ ਚਾਹੁੰਦੇ ਨਹੀਂ, ਜਦ ਅਸੀਂ ਸਰਕਾਰ ਹੀ ਉਹਨਾਂ ਦੇ ਨਾਲ ਹੈ, ਔਰ ਸਭ ਤੋਂ ਵੱਡੀ ਤੋਂ ਐਗਜ਼ਾਮਪਲ ਕੀ ਹੋ ਸਕਦੀ ਹੈ ਵੀ 2019-20 ਦਾ ਮੁਆਵਜ਼ਾ ਜਿਹੜਾ ਸੀ ਫਜ਼ਿਲਕਾ ਦੇ ਵਿੱਚ, ਉਹਨਾਂ ਸਰਕਾਰਾਂ ਨੇ ਨਹੀਂ ਦਿੱਤਾ 3 ਸਾਲ, ਔਰ ਕਿਹਨੇ ਦਿੱਤਾ? ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਆਪਣੇ ਕਰ ਕਮਲਾਂ ਨਾਲ ਤਕਰੀਬਨ 150 ਕਰੋੜ ਰੁਪਏ ਦੇ ਮੁਆਵਜ਼ੇ ਦਿੱਤੇ ਕਿਸਾਨਾਂ ਨੂੰ। ਠੀਕ, ਬਹੁਤ ਧੰਨਵਾਦ, ਸ਼ੁਕਰੀਆ। ਤਾਂ ਸੀਗੇ ਸਾਡੇ ਨਾਲ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਜੀ, ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਜੇਕਰ ਕਿਸਾਨਾਂ ਦੇ ਧਰਨੇ ਦੀ ਗੱਲ ਕੀਤੀ ਜਾਵੇ ਤਾਂ ਉਸਦੇ ਪਿੱਛੇ ਕਾਰਨ ਕਿਤੇ ਨਾ ਕਿਤੇ ਕੇਂਦਰ ਸਰਕਾਰ ਦੇ ਉਹ ਨੋਮਸ ਹੈ ਜੋ ਕਿ ਜਿਨ੍ਹਾਂ ਨੂੰ ਚੇਂਜ ਕਰਨ ਦੇ ਲਈ ਜ਼ਰੂਰ ਸੂਬਾ ਸਰਕਾਰ ਵੱਲੋਂ ਜੋ ਕਿ ਸਿਫਾਰਿਸ਼ ਕੀਤੀ ਜਾ ਚੁੱਕੀ ਹੈ, ਲੇਕਿਨ ਹਜੇ ਤੱਕ ਕਿਸੇ ਤਰੀਕੇ ਦਾ ਜਵਾਬ ਜੋ ਕੀ ਹੈ ਇਹ ਨੋਮਸ ਦੇ ਵਿੱਚ ਚੇਂਜਸ ਨੂੰ ਲੈ ਕੇ ਨਹੀਂ ਆਇਆ। ਕੈਮਰਾਮੈਨ ਗਗਨ ਦੇ ਨਾਲ ਅਨਮੋਲ ਸਿੰਘ ਗੁਲਾਟੀ, ਵਰਲਡ ਪੰਜਾਬੀ ਨਿਊਜ਼, ਚੰਡੀਗੜ੍ਹ।